ਸੱਦਾ ਦਿੱਤਾ ਸੀ ਵੀ ਤੂੰ ਸਾਡੇ ਧਰਨੇ 'ਚ ਬੁਲਾਇਆ ਸੀ ਉਹਨੂੰ ਕਾਹਦੇ ਵਾਸਤੇ ਜਾਊਗਾ ਛਿੱਤਰ ਖਾਣ ਜਾਊਗਾ ਬਿਲਕੁਲ ਹੀ ਉਮੀਦ ਨਹੀਂ ਚੰਨੀ ਤਾਂ ਆਪਦਾ ਘਰ ਸਾਹਮਣੇ ਕਦੇ ਬੱਸਾਂ ਨਹੀਂ ਬਹੁਤ ਵੀ ਤੂੰ ਕਾਂਗਰਸ ਦਾ ਬੰਦਾ ਹੈ ਕਾਂਗਰਸ ਦੇ ਮੁੱਖ ਮੰਤਰੀ ਨੇ ਕਿਹਾ ਮੈਂ ਜਦੋਂ ਬੈਠ ਗਿਆ ਮੈਂ ਸਾਰਾ ਕਰਜ਼ਾ ਮਾਫ਼ ਕਰੂੰਗਾ ਕਰਤਾ ਮਾਫ਼ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਸਾਨੀ ਅੰਦੋਲਨ 'ਚ ਖੁਦ ਜਾਣ ਦਾ ਐਲਾਨ ਕੀਤਾ ਸੀ ਹੁਣ ਇਸ ਮਾਮਲੇ ਤੇ ਸੂਬੇ ਦੀ ਸਭ ਤੋਂ ਵੱਡੀ ਜਥੇਬੰਦੀ ਭਾਰਤੀ ਕਿਸਾਨ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਕਿਹਾ ਕਿ ਅਸੀਂ ਮੁੱਖ ਮੰਤਰੀ ਨੂੰ ਧਰਨੇ 'ਚ ਆਉਣ ਲਈ ਕੋਈ ਸੱਦਾ ਨਹੀਂ ਦਿੱਤਾ ਉੱਥੇ ਉਹ ਕੀ ਕਰਨ ਆਉਣਗੇ ਜਿਹੜੇ ਪਿਛਲੇ ਮੁੱਖ ਮੰਤਰੀ ਨੇ ਕਰਜ਼ਾ ਮੁਆਫ਼ ਕਰਨ ਅਤੇ ਨਸ਼ਾ ਖਤਮ ਕਰਨ ਦਾ ਵਾਅਦਾ ਕੀਤਾ ਸੀ ਉਹ ਹਜੇ ਤੱਕ ਪੂਰਾ ਨਹੀਂ ਕੀਤਾ ਇਸ ਲਈ ਕਿਸਾਨ ਸਵਾਲ ਕਰਨਗੇ ਅਤੇ ਚੰਨੀ ਨੂੰ ਆਪਣੀ ਪਾਰਟੀ ਸੰਭਾਲਣ ਦੀ ਸਲਾਹ ਦਿੱਤੀ ਹੈ ਚੰਨੀ ਨੇ ਕਿਹਾ ਜੀ ਵੀ ਤੁਹਾਡੇ ਧਰਨੇ ਤੇ ਜਾ ਕੇ ਮੈਂ ਬੈਠੂੰਗਾ ਮਸਲਾ ਹੱਲ ਕਰੂੰਗਾ ਅੱਗੇ ਮੋਦੀ ਨੂੰ ਵੀ ਮਿਲਾਂਗਾ ਕੋਈ ਉਮੀਦ ਚੰਨੀ ਤੋਂ ਸੱਦਾ ਦਿੱਤਾ ਸੀ ਵੀ ਤੂੰ ਸਾਡੇ ਧਰਨੇ 'ਚ ਬੁਲਾਇਆ ਸੀ ਉਹਨੂੰ ਕਾਹਦੇ ਵਾਸਤੇ ਜਾਊਗਾ ਉੱਥੇ ਛਿੱਤਰ ਖਾਣ ਜਾਊਗਾ ਜੇ ਲੋਕਾਂ ਨੇ ਛਿੱਤਰ ਕੱਢ ਲਏ ਵੀ ਤੂੰ ਕਾਂਗਰਸ ਦਾ ਬੰਦਾ ਹੈ ਕਾਂਗਰਸ ਦੇ ਮੁੱਖ ਮੰਤਰੀ ਨੇ ਕਿਹਾ ਮੈਂ ਜਦੋਂ ਬੈਠ ਗਿਆ ਮੈਂ ਸਾਰਾ ਕਰਜ਼ਾ ਮਾਫ਼ ਕਰੂੰਗਾ ਕਰਤਾ ਮਾਫ਼ ਨਸ਼ਾ ਖਤਮ ਕਰੂੰਗਾ ਕਰਤਾ ਨਸ਼ਾ ਖਤਮ ਰੁਜ਼ਗਾਰ ਦੇਊਂਗਾ ਘਰ ਦੇ ਕੇ ਕਿ ਜਿਹਨੂੰ ਦੇਤਾ ਕੀ ਜਵਾਬ ਦੇਊਗਾ ਚੰਨੀ ਉੱਥੇ ਛਿੱਤਰ ਖਾਣ ਜਾਊਗਾ ਕੋਈ ਉਮੀਦ ਹੈਗੀ ਚੰਨੀ ਤੋਂ ਬਿਲਕੁਲ ਹੀ ਉਮੀਦ ਨਹੀਂ ਚੰਨੀ ਤਾਂ ਆਪਦਾ ਘਰ ਸਾਹਮਣੇ ਕਦੇ ਬੱਸ ਇੰਨੇ ਬਹੁਤ ਦੱਸ ਦਈਏ ਕਿ ਕਿਸਾਨ ਜਥੇਬੰਦੀਆਂ ਨੇ ਅੰਦੋਲਨ 'ਚੋਂ ਸਿਆਸੀ ਪਾਰਟੀਆਂ ਨੂੰ ਦੂਰ ਰੱਖਿਆ ਹੋਇਆ ਹੈ ਅਤੇ ਜਿਸ ਕਰਕੇ ਜਥੇਬੰਦੀਆਂ ਨੇ ਸਪਸ਼ਟ ਕੀਤਾ ਹੋਇਆ ਹੈ ਕਿ ਉਹ ਕਿਸੇ ਸਿਆਸੀ ਧਿਰ ਨੂੰ ਮੋਰਚੇ 'ਚ ਦਾਖਲ ਨਹੀਂ ਹੋਣ ਦੇਣਗੇ ਜੋਗਿੰਦਰ ਸਿੰਘ ਦੇ ਇਸ ਬਿਆਨ ਨੇ ਮੁੱਖ ਮੰਤਰੀ ਚੰਨੀ ਦੀਆਂ ਉਮੀਦਾਂ ਤੇ ਪਾਣੀ ਫੇਰ ਦਿੱਤਾ ਹੈ ਅਤੇ ਸਾਫ਼ ਕਰ ਦਿੱਤਾ ਹੈ ਕਿ ਜੇਕਰ ਮੁੱਖ ਮੰਤਰੀ ਮੋਰਚੇ ਤੇ ਜਾਣਗੇ ਤਾਂ ਕਿਸਾਨ ਵਿਰੋਧ ਕਰਨ ਨੂੰ ਵੀ ਤਿਆਰ ਬੈਠੇ ਨੇ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾਂ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ